ਰਾਜਵੀਰ ਕੌਰ ਕੀ ਤਕੜਾ ਸਾਡਾ ਜ਼ਮੀਨ ਦਾ ਮਸਲਾ ਹੈ ਮਤਲਬ ਚਾਚਾ ਜੀ ਨਹੀਂ ਵਾਹੁੰਦੇ ਸੀਗੇ ਪਹਿਲਾਂ ਅਤੇ ਹੁਣ 10 ਸਾਲ ਤੋਂ ਅਸੀਂ ਇਹਨਾਂ ਕੋਲ ਲਈ ਵਾਪਸ ਅਤੇ ਅਸੀਂ ਇਹਨਾਂ ਨੂੰ ਕਹਿੰਦੇ ਕਿ ਸਾਡੇ ਨਾਂ ਕਰ ਦਿਓ ਨਾਂ ਨਹੀਂ ਕਰਕੇ ਦਿੰਦੇ ਕਿੰਨੀ ਜਗ੍ਹਾ ਹਾਂਜੀ ਕਿੰਨੀ ਜਗ੍ਹਾ ਜ਼ਮੀਨ ਸਾਡੀ ਪਤਾ ਨਹੀਂ 4-4 ਕਿੱਲੇ ਮਾਲਕੀ ਸੀ ਜਿਹਦੇ ਵਿੱਚ 2 ਕਿੱਲੇ ਨਾ ਸਾਨੂੰ ਛੱਡ ਦਿੱਤੇ ਆ चुनावी आहटों के साथ सरकारी मशीनरी और तमाम आयोग जी उठते नजर आ रहे हैं। इसी कड़ी में पंजाब महिला आयोग की चेयरमैन मनीषा गुलाटी अमृतसर पहुंची, पुराने मामलों को उखाड़ा और पुलिस को हड़काया। पंचायत में शिकायतें लेकर पहुंची महिलाओं के मामलों को मौके पर निपटाया। हाँ जी, क्या नाम है आपका? गुरमीत कौर। कहाँ से? तरन तारण की रहने वाली। मेरा सर मतलब बच्चा नहीं हुआ, 8 साल मेरे ब्याह में होया वा। मेरे सारा परिवार मेरे ना कुटमार करता रहा वा। मेरे तो हल्फिया ब्याह तो सैन भी करवाए। मैं मैडम तो इंसाफ लेना लेना ही मैडम। हाँ जी मैडम, मैं सर कहते तलाक चाहिए वा, असि मैं तलाक नहीं देख के देना, बच्चा ना होने कारण मैं मैडम तो इंसाफ लेना ही। राजवीर कौर की तकड़ा। ਸਾਡਾ ਜ਼ਮੀਨ ਦਾ ਮਸਲਾ ਹੈ ਮਤਲਬ ਚਾਚਾ ਜੀ ਨਹੀਂ ਵਾਹੁੰਦੇ ਸੀਗੇ ਪਹਿਲਾਂ ਅਤੇ ਹੁਣ 10 ਸਾਲ ਤੋਂ ਅਸੀਂ ਇਹਨਾਂ ਕੋਲ ਲਈ ਵਾਪਸ ਅਤੇ ਅਸੀਂ ਇਹਨਾਂ ਨੂੰ ਕਹਿੰਦੇ ਕਿ ਸਾਡੇ ਨਾਂ ਕਰ ਦਿਓ, ਨਾਂ ਨਹੀਂ ਕਰਕੇ ਦਿੰਦੇ। ਕਿੰਨੀ ਜਗ੍ਹਾ? ਹਾਂਜੀ ਕਿੰਨੀ ਜਗ੍ਹਾ ਜ਼ਮੀਨ ਸਾਡੀ? ਪਤਾ ਨਹੀਂ 4-4 ਕਿੱਲੇ ਮਾਲਕੀ ਸੀ ਜਿਹਦੇ ਵਿੱਚ 2 ਕਿੱਲੇ ਨਾ ਸਾਨੂੰ ਛੱਡ ਦਿੱਤੇ ਆ, ਪਰ ਸਾਡੇ ਨਾਂ ਨਹੀਂ ਕਰਦੇ, ਕਹਿ ਦਿੰਦੇ ਅਸੀਂ ਕਰ ਦਿੰਦੇ ਹਾਂ, ਕਰਦੇ ਨਹੀਂ ਆ। ਮੈਡਮ ਕੋਲ ਸਾਨੂੰ ਇਹੋ ਇਨਸਾਫ ਚਾਹੀਦਾ ਕਿ ਬਸ ਜੋ ਸਾਡੇ ਮਾਂ ਪਿਓ ਦਾ ਹੱਕ ਹੈ ਉਹ ਸਾਨੂੰ ਦਿੱਤਾ ਜਾਵੇ ਲੈ ਕੇ, ਬਸ ਅਸੀਂ ਇਹੀ ਇਨਸਾਫ ਚਾਹੁੰਦੇ ਹਾਂ।